ਬਰਾੜ ਸਾਹਿਬ। ਹਾਂਜੀ ਗਾਇਸ, ਵੈਲਕਮ ਟੂ ਅਨਦਰ ਵਲੌਗ ਤੇ ਸਾਰਿਆਂ ਨੂੰ ਫਿਰ ਫਰੀ ਸਤਿ ਸ੍ਰੀ ਅਕਾਲ। ਤੇ ਹਨਾ ਅੱਜ ਮੱਕੀ ਲੈ ਕੇ ਗਏ ਨੇ ਬਰਨਾਲੇ, ਤਾਂ ਦੁੱਧ ਦੁੱਧ ਪਾਏ ਹਨਾ, ਤੇ ਹੁਣ ਆਪਾਂ ਵੀ ਚੱਲਾਂਗੇ ਬਰਨਾਲੇ ਹਨਾ, ਰੋਟੀ ਖਾ ਕੇ ਚੱਲਾਂਗੇ। ਐਕਚੁਅਲੀ ਸਾਡੇ ਡਾਕਟਰ ਦੀ ਲੋਹ ਖਰਾਬ ਆਣਾ, ਨਾਲ ਦਿਓ ਦਿਖਾਵਾਂਗੇ ਉੱਥੇ, ਉਹ ਤੇ ਫਿਰ ਮੇਰਾ ਦਾਦਾ ਦਿਖਾ ਕੇ ਲਿਆਊਗਾ ਡਾਕਟਰ ਨੂੰ, ਤਾਂ ਮੈਂ ਰੈਡੀ ਲਿਆਊ, ਨਾਲੇ ਵਾਹ ਮੋਬਾਈਲ ਦਿਖਾ ਕੇ ਆਉਣਾ ਹਨਾ ਉੱਥੇ। ਗਾਇਸ ਤੇ ਫਿਲਹਾਲ ਹਨਾ ਸਹੀ ਵੱਜ ਗਏ ਸਵੇਰ ਦੇ 8, ਤਾਂ ਨਾ ਉਹ ਲੈ ਤਾਂ ਹੋ ਗਿਆ ਆਪਾਂ ਜਮਾ ਤਿਆਰ, ਤਾਂ ਹੁਣ ਆਪਾਂ ਚੱਲਦੇ ਹਾਂ ਬਰਨਾਲੇ। A few moments later ਬਰਨਾਲੇ ਜਾਏ ਹਨਾ ਤੇ ਵਾਪਸ ਆ ਗਏ ਸੀ, ਤਾਂ ਮੈਂ ਤੇ ਰੈਡੀ ਮੋਟਰਸਾਈਕਲ, ਮੈਂ ਰੈਡੀ ਨੂੰ ਵਾਪਸ ਲਿਆਇਆ ਸੀ ਹਨਾ ਮੋਟਰਸਾਈਕਲ ਦੇ, ਤਾਂ ਮੇਰਾ ਦਾਦਾ ਟਰੈਕਟਰ ਲੈ ਕੇ ਉੱਥੇ ਖੜਾ ਜੇ, ਤਾਂ ਉਹ ਲੋਹ ਠੀਕ ਕਰਾ ਰਿਹਾ ਹਨਾ ਟਰੈਕਟਰ ਦੀ, ਕੱਦੂ ਕੱਦੂ ਕਰਾਂਗੇ ਫਿਰ, ਲੋਹ ਤੋਂ ਬਿਨਾਂ ਵਾਹਨ ਵੀ ਨਹੀਂ ਬਹਿੰਦਾ ਹਨਾ। ਆਹੋ ਚੱਲਦੇ ਹਾਂ ਬਲ ਕਟਾਉਣ, ਮੇਰੇ ਤਾਂ ਕਟਾਏ ਹੋਏ ਹੁਣ, ਇਹਦੇ ਕਟਾ ਕੇ ਲਿਆਉਂਦੇ ਹਾਂ ਹਨਾ। The next day. ਹੈ ਸਾਰਿਆਂ ਨੂੰ ਬੈਰਬਰੀ ਗੁੱਡ ਮਾਰਨਿੰਗ, ਤਾਂ ਸਵੇਰੇ ਸਵੇਰੇ ਤੇ ਹੋਏ ਨੇ 7:30 ਹਨਾ, ਰਾਤ ਵੀ ਵਧੀਆ ਹਲਕੀ ਹਲਕੀ ਗੜਮੈਂਟ ਹੋਈ ਆ, ਤਾਂ ਕੱਲ੍ਹ ਵਾਹਣ ਵੂਣ ਵਾਧਾ ਸੀਗਾ ਆਪ ਲੋਕ ਦੇ ਵਿੱਚ ਹੀ, ਅਤੇ ਵੱਟਾਂ ਵੁੱਟਾਂ ਕੱਢ ਰਹੇ ਨੇ, ਆ ਪੌਚ 'ਚੋਂ ਵੀ ਕੱਖ ਕੁੱਖ ਕੱਢਣ ਵਾਲੇ ਪਏ ਰਹੇ ਹਨਾ ਅੱਧੀ ਕੁ। ਵੈਸੇ 4-5 ਦਿਨ ਅਸੀਂ ਲਾਉਂਦੇ ਨਹੀਂ ਹਾਂ, ਪਤਾ 6-10 7-8 ਦਿਨ ਵੀ ਲੱਗ ਗਿਆ ਲਾਉਂਦੇ ਨਹੀਂ ਹੈਗੇ, ਲੋਕਾਂ ਦਾ ਫੁੱਲ ਸਟਾਰਟ ਕਰਤਾ ਨਾ ਕੰਮ ਪੂਰਾ, ਕਿ ਸਾਰੇ ਦਿਖਾਵੇ ਕਰਨ ਵਾਲੇ ਹੁੰਦੇ ਨੇ, ਜਾਂ ਤਾਂ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਕਿ ਕਿੰਨੀਆਂ ਕੁ ਲੋਕਾਂ ਨੇ ਮਾਰੀਆਂ ਨੇ ਮੇਰੇ ਦਿਲ 'ਤੇ ਸੱਟਾਂ। ਅਤੇ ਅੱਜ ਆਪਣੀ ਧੁੱਪ ਨਿਕਲੀ ਹੈ ਨਾ, ਅਤੇ ਹੁਣ ਆਪਾਂ ਚੱਕ ਲਿਆ ਕਸੀ ਉੱਤੇ ਘੜਨ ਜਾਂਦੇ ਹਾਂ ਆਪਾਂ ਵੱਟਾਂ, ਤਾਂ ਆਲਰੇਡੀ ਰੇੜੀ ਗਿਆ ਹੋਇਆ ਵੱਟਾਂ ਘੜਨ, ਤਾਂ ਵੱਟਾਂ ਘੜ ਕੇ ਉੜ ਕੇ ਫਿਰ ਵਾਹਣ ਵਾਹੁਣ ਲੱਗਾਂਗੇ। ਕੱਲ੍ਹ ਸਲੈਂਸਰ ਲਾ ਕੇ ਵਾਹਣ ਵਾਇਆ ਸੀ ਹੈ ਨਾ, ਦੇਖ ਲਿਆ ਸੀ ਤੁਸੀਂ, ਅੰਪਾਜ਼ ਬੂਝ ਤਾਂ ਬਹੁਤ ਉੱਚੀ ਹੋ ਗਈ ਸੀ ਹੈ ਨਾ, ਘੈਂਟ ਵੀ ਹੋ ਗਈ ਸੀ, ਪਰ ਇੱਕ ਤਾਂ ਧੂੰਆਂ ਸਿੱਧਾ ਮੂੰਹ 'ਤੇ, ਇੱਕ ਦੂਜਾ ਖੜਕਾ ਵਾਹ ਜਾ ਰਿਹਾ ਨਾ ਸਿੱਧ ਹੋਣ ਲੱਗ ਗਿਆ, ਤਾਂ 10:30 ਹੋ ਗਏ ਹੈ ਨਾ ਫਿਲਹਾਲ। ਇੱਦਾਂ ਦਾ ਕੁਝ ਵੈਦਰ ਹੋ ਰਿਹਾ ਦੇਖੋ ਹੈ ਨਾ, ਚਾਰੇ ਪਾਸੇ ਘੈਂਟ ਪੂਰਾ, ਠੰਡਾ ਠੰਡਾ ਥੋੜ੍ਹੀ ਲੋਅਰ ਤਾਂ ਟੰਗ ਰਹੀ ਹੈ ਨਾ ਆਪਾਂ। ਫਾਈਨਲੀ ਹਨਾ ਚੱਕ ਲਿਆ ਘਸੀਆ, ਕਿ ਜਿਹੜੀ ਫਸਲ ਟਾਈਮ ਨਾਲੋਂ ਪਹਿਲਾਂ ਬੀਜੀ ਜਾਵੇ, ਲੋਕ ਉਹਨੂੰ ਕਹਿੰਦੇ ਨੇ ਗੇਤੀ, ਆਪਣੇ ਬਲੋਕਾਂ 'ਚ ਦਿਖਾਵੇ ਦਿਖੂਵੇ ਨਹੀਂ ਹੁੰਦੇ, ਆਪਣੇ ਵਾਲੇ ਜਾਂ ਸਿਰਫ ਹੁੰਦੀ ਹੈਗੀ ਖੇਤੀ। ਪਹਿਲਾਂ ਦੁਰਗੜੇ ਦੇ ਆਈਏ, ਠੀਕ ਆ ਠੀਕ ਆ, ਉੱਥੇ ਛੇੜ ਤੂੰ। ਅਤੇ ਆਹ ਮੂਹਰੇ ਘਰ 'ਚ ਵੱਟਾਂ ਸੀ ਹੈ ਨਾ, ਇੱਥੇ ਟਰੈਕਟਰ ਇੰਨਾ ਔਖਾ, ਮਤਲਬ ਤੁਸੀਂ ਦੇਖਿਆ ਹੋਊਗਾ ਟਰੈਕਟਰ ਦਾ ਇੰਨਾ ਜ਼ੋਰ ਲੱਗਿਆ ਹੈ ਨਾ, ਇੱਥੇ ਤਵੀਆਂ ਵੀ ਵਾਹਵਾ ਖੋਲਣੀਆਂ ਸੀ ਇੱਥੇ, ਤਾਂ ਵੀ ਫਰਕ ਨਹੀਂ ਪਾਇਆ, ਕੁਛ ਤਾਂ ਖਾਲ 'ਚ ਮਾਰਦੇ ਹਾਂ, ਇਹ ਖਾਲ 'ਚ ਨਹਿਰੀ ਪਾਣੀ ਨਹਿਰੀ ਖਾਲ ਆ ਇਹ, ਪਰ ਇਹ ਚੱਲਦਾ ਨਹੀਂ ਦੇਖ ਲਓ ਹੈ ਨਾ, ਇਹੋ ਜਿਹੇ ਹਾਲਾਤ ਨੇ ਪਿੰਡ ਦੇ, ਇੱਧਰ ਝੋਨਾ ਲੱਗ ਰੱਖਿਆ ਹੈ ਨਾ, ਉਹ ਮੂਹਰਲੇ ਲਾ ਰਹੇ ਨੇ, ਇੱਧਰ ਲੱਗ ਚੁੱਕਿਆ, ਇੱਧਰ ਮੱਕੀ ਬੀਜੀ ਵੀ ਆ, ਅਤੇ ਆਪਾਂ ਹਿਲਾਉਣ ਲੱਗੇ ਨਹੀਂ, ਤਾਂ ਕਸੀਆ ਘਰੇ ਧਰੇ ਆਉਂਦੇ ਹਾਂ ਹੁਣ, ਅਤੇ ਚੱਕ ਲਿਆਉਂਦੇ ਹਾਂ ਬੱਠਲ। ਅਤੇ ਬਾਲਾ ਮੈਂ ਵੈਸੇ ਤਾਂ ਜਾਣਦਾ ਨਹੀਂ, ਪਰ ਇੱਕ ਕੈਂਡੀਡੇਟ ਖੜਾ ਹੋਇਆ ਸੀ, ਇਹਦੇ ਨਾਮ ਮਗਰ ਸੀਗਾ ਬੱਠਲ, ਪਤਾ ਨਹੀਂ ਕੈਂਡੀਡੇਟ ਸੀ ਪਤਾ ਨਹੀਂ ਕੀ ਸੀ ਹੈ ਨਾ, ਤਾਂ ਮਿੱਟੀ ਟਰਾਲੀ ਲਈ ਸੀ ਆਪਾਂ, ਤਾਂ ਇੱਥੇ ਟੋਆ ਟੂਏ ਪੈ ਗਏ ਸੀ, ਘਰੇ ਘੁਰੇ ਲੋਡ ਕਰਤੀ, ਹੁਣ ਮਸ਼ੀਨ ਮਸ਼ੂਨ ਲੱਗਣੀ ਹੋ ਗਈ ਸੈੱਟ ਹੈ ਨਾ, ਤੁਰ ਤੋਂ ਤੁਰ ਆ ਕਿਆਰਾ ਪੂਰਾ, ਆਹ ਵੱਟ ਪੂਰੀ ਉਹ ਤੋਂ ਤੁਰ ਤੇ ਆਹੋ ਹੋ ਟੋਆ ਸੀ ਉਹ 'ਤੇ ਪੈ ਟਿੱਗ ਗਿਆ, ਅਤੇ ਇੱਥੋਂ ਸਟਾਰਟਿੰਗ ਹੁੰਦੀ ਹੈ ਢੇਰੀਆਂ ਦੀ, ਢੇਰੀਆਂ ਤੋਂ ਬਾਅਦ ਆਪਾਂ ਤਵੀਆਂ ਪਾਵਾਂਗੇ ਵਾਹਣ ਪਾਵਾਂਗੇ, ਤਾਂ ਇਹਨੂੰ ਹਲ ਮਿੱਟੀ ਜਿੱਥੇ ਰੋਲਦਾ ਰੋਲ ਰੋਲ ਕੇ ਵੱਟਣਾ ਸਿੱਟੀ ਚੱਲਦੇ ਹਾਂ, ਆ ਜਾਓ ਮਗਰ ਲੈ ਕੇ ਮੇਰੇ 'ਤੇ। ਤਾਂ ਮੋਬਾਈਲ ਤਾਂ ਦੀ ਦਿੱਕਤ ਬਹੁਤ ਹੁੰਦੀ ਆ, ਟਰਾਈਪੋਡ ਟੁੱਟਿਆ ਪਿਆ ਮੇਰਾ ਹੈ ਨਾ, ਉਹ
हजे तक नवा ऑर्डर होया हो कि तीन मुड़ के फटके लिया गया है ना। लो भाई बज गए है ना 11 तक कपड़े कुपड़े चाके आ गए तो हम ट्रैक्टर नू करते हैं स्टार्ट से पौनिया मगर तविया तो पहले इन ला दिए भाई ट्रैक्टर आप फाइनली खड़ाता ना एक बार तवी दो बार तवियां ना बह गया तो फाइनली सिर धोन लग गया यार है सारा मूँह कला होता ना तो सीधा धूं मथे आता चल मैं फिर भी चलो कोई चक्कर नहीं मूँह का की है तो कले होंगे रेंगे ने तो हम मूँह मैं धोने देखो मूँह का कि फर्क पै गया है ना। A few moments later इन्हों ट्राली च ले जाए घरे बाबे हूँ पा लगते हैं बट्टा शाम हो गई है ना साढ़े पांच हो गए ना फिलहाल ना हो गया जमा बिल बट्टा बुट्टा पाती है ना तो पक्या बट्टा पै गया बस कह रहा हाल बाव गया हूँ ए टू जेड सारा बहाना तो जो थले मक्की वाला है वह बस दो बार हलाना बहना अजे